ਇਹਨੂੰ ਚਿਲਣ ਦਾ ਤਰੀਕਾ ਘਰ ਇਹ ਹੈਗਾ ਨਾ ਜੀ, ਇਹਦੇ ਵਿੱਚ ਲਹਿੰਗਾ ਟਰੈਕਟਰ ਦੀਆਂ ਪੈ ਜਾਣੀਆਂ, ਖਰਾਬ ਛਾਵੜ ਪੈ ਜਾਣੀ ਹੈ, ਪੀਡੀਓ ਛਾਵੜ ਜੇ। ਇੱਥੋਂ ਤੁਸੀਂ ਉੱਚਾ ਨੀਵਾਂ ਲੱਗ ਘੱਟ ਵੱਧ ਵੀ ਕਰ ਸਕਦੇ ਹੋ। ਇਹ ਸਰਾਖ ਪਾਏ ਹੋਏ ਨੇ ਐਕਸਟਰਾ ਇਸ ਜ਼ਮੀਨ ਦੇ ਵਿੱਚ, ਸਰਾਖ ਕਰਨ ਵਾਸਤੇ ਵਰਮਾ ਹੈਗਾ ਜੇ, ਪੌਦੇ ਲਗਾਉਣ ਵਾਸਤੇ। ਚਲਾਓ ਜੀ ਬਾਬਾ ਜੀ, ਰੱਖੋ ਇਹਨਾਂ ਨੂੰ ਉੱਤੇ, ਇਹਨਾਂ ਨੂੰ ਫਿੱਟ ਕਰਕੇ ਦਿਓ। ਅਸਲਾਮ ਵਾਲੇਕੁਮ ਪਾਕਿਸਤਾਨ, ਕੀ ਹਾਲ ਚਾਲ ਹੈ ਮੇਰੇ ਕਿਸਾਨ ਵੀਰੋ ਦੋਸਤੋ। ਲਓ ਜੀ ਜਨਾਬ ਦੀ ਗ੍ਰੀਨ ਲੀਫ, ਇਹ ਜਾ ਰਿਹਾ ਜੀ ਵਰਮਾ ਆਪਣੇ ਬਲੋਚਿਸਤਾਨ ਦੇ ਇਲਾਕੇ ਦੇ ਵਿੱਚ। ਇਹ ਹਮਾਦ ਭਾਈ ਹੈਗੇ ਨੇ, ਰਾਣਾ ਹਮਾਦ ਭਾਈ ਆ, ਗੱਡੀ ਲੈ ਕੇ ਆਏ ਨੇ ਇਹਦੇ ਜੇ ਲੋਡ ਕਰਨ ਲੱਗੇ ਨੇ ਜੀ। ਇਸ ਜ਼ਮੀਨ ਦੇ ਵਿੱਚ ਸਰਾਖ ਕਰਨ ਵਾਸਤੇ ਵਰਮਾ ਹੈਗਾ ਜੇ, ਪੌਦੇ ਲਗਾਉਣ ਵਾਸਤੇ, ਛੋਟੇ ਪੌਦੇ, ਵੱਡੇ ਪੌਦੇ, ਯਾਨੀ ਕਿ ਛੋਟਾ ਸਰਾਖ ਵੀ ਕਰ ਸਕਦੇ ਹੋ, 12 ਇੰਚ ਦਾ, 14 ਇੰਚ ਦਾ, 16 ਇੰਚ ਦਾ, 18 ਇੰਚ ਦਾ, ਜਿਹੜਾ ਵੀ ਤੁਸੀਂ ਸਰਾਖ ਕਰਨਾ ਚਾਹੋ ਨਾ ਇਹਦੇ ਨਾਲ ਸਰਾਖ ਕਰ ਸਕਦੇ ਹੋ। ਠੀਕ ਆ ਜੀ, ਇਹਦੀ ਮੁਕੰਮਲ ਮਾਲੂਮਾਤ ਜਿਹੜੀ ਇਸ ਤੋਂ ਇਲਾਵਾ ਵੀ ਮੇਰੇ ਯੂਟਿਊਬ ਚੈਨਲ ਦੇ ਉੱਤੇ ਪਈ ਹੋਈ ਹੈ, ਬਾਕੀ ਵੀ ਮੈਂ ਮਾਲੂਮਾਤ ਤੁਹਾਨੂੰ ਦੱਸ ਰਿਹਾ ਜੀ। ਅਤੇ ਬਹੁਤ ਸ਼ੁਕਰੀਆ ਜੀ ਰਾਣਾ ਹਮਾਦ ਸਾਹਿਬ ਦਾ ਜੀ, ਜਿਨ੍ਹਾਂ ਨੇ ਸਾਨੂੰ ਆਪਣੇ ਖਿਦਮਤ ਦਾ ਮੌਕਾ ਦਿੱਤਾ ਜੀ। ਜਨਾਬ ਅਗਰ ਕਿਸੇ ਨੇ ਆਪਣਾ ਆਰਡਰ ਬੁੱਕ ਕਰਵਾਉਣਾ ਵਾ ਜਾਂ ਵਰਮਾ ਲੈਣਾ ਵਾ ਤਾਂ ਫੋਨ ਨੰਬਰ ਮੇਰਾ ਨੋਟ ਕਰ ਲਓ, 0345 75 45 352 ਹੈ ਫੋਨ ਨੰਬਰ ਹੈਗਾ ਜੀ। ਠੀਕ ਆ ਜੀ, ਅਤੇ ਇਹ ਰਾਣਾ ਹਮਾਦ ਸਾਹਿਬ ਆਏ ਹੋਏ ਨੇ ਜੀ। ਚਲਾਓ ਜੀ ਬਾਬਾ ਜੀ, ਰੱਖੋ ਇਹਨਾਂ ਨੂੰ ਉੱਤੇ, ਇਹਨਾਂ ਨੂੰ ਫਿੱਟ ਕਰਕੇ ਦਿਓ। ਹਾਂਜੀ, ਲੋਡ ਕਰਨ ਲੱਗੇ ਨੇ। ਠੀਕ ਹੈ ਜੀ, ਇਹਨੂੰ ਚੱਲਣ ਦਾ ਤਰੀਕਾ ਘਰ ਇਹ ਹੈਗਾ ਨਾ ਜੀ, ਇਹਦੇ ਵਿੱਚ ਲਹਿੰਗਾ ਟਰੈਕਟਰ ਦੀਆਂ ਪੈ ਜਾਣੀਆਂ, ਖਰਾਬ ਛਾਵੜ ਪੈ ਜਾਣੀ ਹੈ, ਪੀਡੀਓ ਛਾਵੜ ਜੇ। ਇੱਥੋਂ ਤੁਸੀਂ ਉੱਚਾ ਨੀਵਾਂ ਲੱਗ ਘੱਟ ਵੱਧ ਵੀ ਕਰ ਸਕਦੇ ਹੋ, ਇਹ ਸਰਾਖ ਪਾਏ ਹੋਏ ਨੇ ਐਕਸਟਰਾ। ਠੀਕ ਹੈ ਜੀ, ਜਦੋਂ ਤੁਸੀਂ ਇਹ ਸਰਾਖ ਨੂੰ ਅਗਲੀ ਸਾਈਡ 'ਤੇ ਕਰੋਗੇ ਤਾਂ ਇਹ ਵਰਮਾ ਜਿਹੜਾ ਹੈਗਾ ਨਾ ਜ਼ਿਆਦਾ ਯਾਨੀ ਕਿ ਤੁਹਾਡੀ ਗਹਿਰਾਈ ਦੇ ਵਿੱਚ ਚਲੇ ਜਾਏਗਾ। ਜਿੱਦਾਂ ਜਿੱਦਾਂ ਪਿੱਛੇ ਕਰੀ ਜਾਓਗੇ ਉਂਝ ਗਹਿਰਾਈ ਘਟੀ ਜਾਵੇਗੀ। ਬਕਾਇਆ ਮਜ਼ੀਦ ਮਾਲੂਮਾਤ ਫੋਨ ਨੰਬਰ ਮੈਂ ਤੁਹਾਨੂੰ ਦੱਸ ਦਿੱਤਾ ਜੀ, ਉਹ 'ਤੇ ਰਾਬਤਾ ਕਰ ਸਕਦੇ ਹੋ ਮੇਰੇ ਨਾਲ ਜੀ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਜੀ। ਕੋਸ਼ਿਸ਼ ਕਰੋ ਕਿ ਜਿਹੜੇ ਦੋਸਤ ਨਹੀਂ ਵੀ ਸਬਸਕ੍ਰਾਈਬ ਕੀਤਾ ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ, ਤਾਂ ਕਿ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ। ਜਜ਼ਾਕ ਅੱਲਾ ਜੀ, ਸਲਾਮ ਵਾਲੇਕੁਮ।